ਦੇਸ਼ ਵਿਦੇਸ਼ ਵਿੱਚ ਏਵਨ ਪੰਜਾਬੀ ਵੇਖ ਰਹੀਆਂ ਸਰਬੱਤ ਸੰਗਤਾਂ ਨੂੰ ਦਾਸ ਮਹਿੰਦਰ ਸਿੰਘ ਦੀ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਹੈ, ਛੈ ਕਰ ਛੈ ਗੁਰ ਛੈ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ, ਵਿਸੇ ਚਸਿਆ ਘੜੀਆਂ ਪੈਰਾ, ਥਿੱਤੀ ਵਾਰੀ ਮਾਂ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਥੇ ਵੇਸ। ਰਾਗ ਆਸਾ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸ਼ਬਦ ਉਚਾਰਨ ਕਰਕੇ ਇੱਕ ਉਦਾਹਰਣ ਦਿੱਤੀ ਹੈ ਸੂਰਜ ਦੀ, ਸਮੇਂ ਦੀ। ਸਮੇਂ ਨੂੰ ਪੁਰਾਤਨ ਸਮਿਆਂ ਦੇ ਵਿੱਚ ਜੋ ਮਾਪਿਆ ਗਿਆ, ਛੋਟੀ ਤੋਂ ਛੋਟੀ ਇਕਾਈ ਸਮੇਂ ਦੀ ਜੋ ਸੀ ਉਹ ਅੱਖ ਦਾ ਫੋਰ ਸੀ। ਇੱਕ ਅੱਖ ਦਾ ਫੋਰ ਜੇ ਇਸ ਤਰ੍ਹਾਂ ਦੇ 15 ਅੱਖ ਦੇ ਫੋਰ ਹੋਣ, 15 ਅੱਖ ਦੇ ਫੋਰ ਇੱਕ ਵਿਸ਼ਵਾ ਬਣਾਉਂਦੇ ਹਨ, ਅਤੇ 15 ਵਿਸ਼ਵਾਂ ਦਾ ਇੱਕ ਚਸਾ ਹੁੰਦਾ ਹੈ, 30 ਚਸਿਆਂ ਦਾ ਇੱਕ ਪਲ ਹੁੰਦਾ ਹੈ, 60 ਪਲਾਂ ਦਾ ਇੱਕ ਘੜੀ ਹੁੰਦੀ ਹੈ, ਅਤੇ 7.5 ਘੜੀਆਂ ਦਾ ਇੱਕ ਪਹਿਰ ਹੁੰਦਾ ਹੈ, ਅਤੇ 8 ਪਹਿਰ ਦਾ ਇੱਕ ਦਿਨ ਅਤੇ ਰਾਤ ਹੁੰਦਾ ਹੈ। ਇਹ ਪੁਰਾਤਨ ਸਮਿਆਂ ਦੇ ਵਿੱਚ ਵੀ ਜਿਵੇਂ ਅੱਜ ਕੱਲ੍ਹ ਸਾਇੰਸ ਦੀ ਜਦੋਂ ਸਾਇੰਸਦਾਨ ਕਹਿੰਦੇ ਹਨ ਫਰੈਕਸ਼ਨ ਆਫ ਏ ਸੈਕਿੰਡ, ਕਿ ਇੱਕ ਸੈਕਿੰਡ ਦਾ ਵੀ ਬਹੁਤ ਛੋਟਾ ਜਿਹਾ ਹਿੱਸਾ ਜੋ ਹੈ ਉਸ ਨੂੰ ਵੀ ਉਹ ਵੰਡਦੇ ਹਨ, ਤਾਂ ਪੁਰਾਤਨ ਸਮਿਆਂ ਦੇ ਵਿੱਚ ਵੀ ਬਹੁਤ ਛੋਟਾ ਇਕਾਈ ਜੋ ਸੀ ਅੱਖ ਦਾ ਫੋਰ ਲਈ ਜਾਂਦੀ ਸੀ। ਅਤੇ ਜਿਵੇਂ ਅੱਜ ਕੱਲ੍ਹ ਸਮਾਂ ਹੈ ਸੈਕਿੰਡ, 60 ਸੈਕਿੰਡ ਦਾ ਇੱਕ ਮਿੰਟ, 60 ਮਿੰਟ ਦਾ ਇੱਕ ਘੰਟਾ, ਅਤੇ 24 ਘੰਟਿਆਂ ਦਾ ਇੱਕ ਦਿਨ ਰਾਤ। ਇਸ ਤਰ੍ਹਾਂ ਪੁਰਾਤਨ ਸਮਿਆਂ ਦੇ ਵਿੱਚ ਅੱਖ ਦੇ ਫੋਰ ਤੋਂ ਲੈ ਕੇ ਪੈਰ ਤੱਕ, ਫਿਰ ਦਿਨ ਅਤੇ ਰਾਤ ਤੱਕ ਇਸ ਤਰ੍ਹਾਂ ਹੁੰਦਾ ਸੀ। ਅਤੇ ਇਹ ਅਸੀਂ ਜਾਣਦੇ ਹਾਂ, ਜੋਗ੍ਰਾਫਿਕਲ ਸਾਇੰਸ ਵੀ ਇਹ ਦੱਸਦੀ ਹੈ ਕਿ ਦਿਨ ਅਤੇ ਰਾਤ ਕਿਵੇਂ ਬਣਦੇ ਹਨ, ਕਿ ਧਰਤੀ ਆਪਣੇ ਧੁਰੇ ਦੇ ਦੁਆਲੇ ਘੁੰਮਦੀ ਹੈ। ਜਿਹੜਾ ਧਰਤੀ ਦਾ ਪਾਸਾ ਸੂਰਜ ਦੇ ਪਾਸੇ ਆਉਂਦਾ ਹੈ, ਸੂਰਜ ਦੇ ਵੱਲ ਆਉਂਦਾ ਹੈ, ਜਿਹੜਾ ਪਾਸਾ ਧਰਤੀ ਦਾ ਸੂਰਜ ਵੱਲ ਆਉਂਦਾ ਹੈ ਉੱਥੇ ਦਿਨ ਹੁੰਦਾ ਹੈ, ਜਿਹੜਾ ਪਾਸਾ ਉਲਟੇ ਪਾਸੇ ਹੁੰਦਾ ਹੈ ਉੱਥੇ ਰਾਤ ਹੁੰਦੀ ਹੈ। ਇਸ ਤਰ੍ਹਾਂ ਦਿਨ ਅਤੇ ਰਾਤ ਬਣਦੇ ਹਨ, ਅਤੇ ਇਸ ਦਿਨ ਰਾਤ ਦੇ ਛੋਟੇ ਛੋਟੇ ਹਿੱਸੇ ਇਹ ਹਨ, ਪੈਰ, ਘੜੀਆਂ ਅਤੇ ਵਿਸੇ ਚਸਿਆ ਅਤੇ ਅੱਖ ਦੇ ਫੋਰ। ਭਾਵ ਕਹਿਣ ਦਾ ਹੈ ਕਿ ਇੱਕ ਸੂਰਜ, ਇੱਕੋ ਇੱਕ ਸੂਰਜ ਜੋ ਹੈ ਇਹ ਬਹੁਤ ਸਾਰੇ ਸਮੇਂ ਦੀਆਂ ਇਕਾਈਆਂ ਬਣਾਉਂਦਾ ਹੈ। ਸੂਰਜ ਇੱਕ ਹੈ, ਧਰਤੀ ਦੇ ਘੁੰਮਣ ਨਾਲ ਉਹ ਸੂਰਜ ਇਸ ਦਿਨ ਅਤੇ ਰਾਤ ਬਣਾਉਂਦਾ ਹੈ, ਅਤੇ ਇਹ ਸਮਾਂ ਬਣਾਉਂਦਾ ਹੈ, ਸਮੇਂ ਦੇ ਯੂਨਿਟ ਵੰਡੇ ਜਾਂਦੇ ਹਨ। ਭਾਵ ਇਹ ਹੈ ਕਿ ਇੱਕ ਸੂਰਜ ਦੇ ਕਈ ਰੂਪ ਹਨ, ਵਿਸਵੇ ਚਸਿਆ ਘੜੀਆਂ ਪੈਰਾ, ਥਿੱਤੀ ਵਾਰੀ ਮਾਂ ਹੋਆ, ਸੂਰਜ ਏਕੋ ਰੁੱਤ ਅਨੇਕ। ਵਿਸਵੇ ਚਸਿਆ ਘੜੀਆਂ ਅਤੇ ਪੈਰਾ ਇਹ ਸਾਰੇ ਇੱਕੋ ਹੀ ਸੂਰਜ ਦੇ ਵੇਸ ਹਨ। ਇਸੇ ਤਰ੍ਹਾਂ ਇੱਕ ਉਦਾਹਰਣ ਹੋਰ ਦਿੱਤੀ ਹੈ, ਛੈ ਕਰ ਛੈ ਗੁਰ ਛੈ ਉਪਦੇਸ਼, ਕਿ ਛੇ ਕਰ ਹਨ, ਕਰ ਸ਼ਾਸਤਰ ਧਾਰਮਿਕ ਗ੍ਰੰਥ। ਉਹ ਕਿਹੜੇ ਕਿਹੜੇ ਛੇ ਸ਼ਾਸਤਰ ਜਾਂ ਧਾਰਮਿਕ ਗ੍ਰੰਥ ਹਨ? ਇੱਕ ਹੈ ਸਾਂਖ, ਜਿਸ ਦਾ ਰਚਨਾਕਾਰ ਹਨ ਰਿਸ਼ੀ ਕਪਿਲ। ਦੂਜਾ ਹੈ ਨਿਆਂ, ਜਿਸ ਦੇ ਰਚਨਾਕਾਰ ਹਨ ਰਿਸ਼ੀ ਗੌਤਮ। ਇੱਕ ਹੈ ਨਿਆਂ, ਜਿਸ ਦੇ ਰਚਨਾਕਾਰ ਹਨ ਰਿਸ਼ੀ ਗੌਤਮ। ਇੱਕ ਹੈ ਵਿਸ਼ੇਸ਼ਕ,
ਜਿਸ ਦੇ ਰਚਨਾਕਾਰ ਹਨ ਰਿਸ਼ੀ ਕਣਾਦ, ਇੱਕ ਹੈ ਯੋਗ ਜਿਸ ਦੇ ਰਚਨਾਕਾਰ ਹਨ ਰਿਸ਼ੀ ਪਤੰਜਲੀ, ਇੱਕ ਹੈ ਯੋਗ ਜਿਸ ਦੇ ਰਚਨਾਕਾਰ ਹਨ ਰਿਸ਼ੀ ਪਤੰਜਲੀ, ਇੱਕ ਹੈ ਮੀਮਾਂਸਾ ਜਿਸ ਦੇ ਰਚਨਾਕਾਰ ਹਨ ਰਿਸ਼ੀ ਜੈਮਨੀ, ਅਤੇ ਇੱਕ ਹੈ ਵੇਦਾਂਤ ਜਿਸ ਦੇ ਰਚਨਾਕਾਰ ਹਨ ਰਿਸ਼ੀ ਵਿਆਸ। ਇਹ 6 ਸ਼ਾਸਤਰ ਹਨ, 6 ਹੀ ਰਚਨਾਕਾਰ ਜਿਨ੍ਹਾਂ ਨੂੰ ਗੁਰੂ ਕਿਹਾ, ਅਤੇ ਇਹਨਾਂ ਦੇ 6 ਹੀ ਸਿਧਾਂਤ ਹਨ, ਭਾਵ ਕਿ ਸਾਰੇ ਸ਼ਾਸਤਰਾਂ ਦੇ ਆਪਣੇ ਆਪਣੇ ਉਪਦੇਸ਼। 6 ਕਰ 6 ਗੁਰ 6 ਉਪਦੇਸ਼, 6 ਸ਼ਾਸਤਰ ਹਨ, 6 ਗੁਰੂ ਹਨ, ਅਤੇ 6 ਹੀ ਇਹਨਾਂ ਦੇ ਉਪਦੇਸ਼ ਹਨ, 6 ਹੀ ਇਹਨਾਂ ਦੇ ਮਤ ਹਨ। ਜਿਵੇਂ ਸਾਂਖ ਸ਼ਾਸਤਰ ਨੇ ਪਰਮਾਤਮਾ ਦੇ ਬਾਰੇ 'ਚ ਗੱਲ ਕੀਤੀ ਹੈ ਕਿ ਇਹ 25ਵਾਂ ਸ਼ੁੱਧ ਚੇਤਨ ਤੱਤ ਹੈ, 24ਵਾਂ ਤੱਤ ਪ੍ਰਕਿਰਤੀ ਹੈ, ਅਤੇ 23 ਤੱਤ ਹੋਰ ਆਖੇ ਹਨ, 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਮਹਾਂਤੱਤ ਅੱਗ ਹਵਾ ਪਾਣੀ ਧਰਤੀ ਆਕਾਸ਼ ਜੋ ਤੱਤ ਹਨ, 5 ਤਨ ਸੂਖਮ ਮਾਤਰਾਵਾਂ ਮਹੱਤ ਮਨਸ ਅਹੰਕਾਰ, ਇਹ 23 ਤੱਤ ਹੋਰ ਹਨ। 24ਵਾਂ ਪ੍ਰਕਿਰਤੀ ਹੈ, 25ਵਾਂ ਸ਼ੁੱਧ ਚੇਤਨ ਤੱਤ ਹੈ, ਅਤੇ ਸ਼ੁੱਧ ਚੇਤਨ ਤੱਤ ਔਰ ਪ੍ਰਕਿਰਤੀ ਮਿਲ ਕੇ ਜਗਤ ਦੀ ਕਾਰ ਵਿਹਾਰ ਚਲਾਉਂਦੇ ਹਨ। ਇਸ ਤਰ੍ਹਾਂ ਦਾ ਮਤ ਵਿਦਵਾਨਾਂ ਦੇ ਮੁਤਾਬਕ ਸਾਂਖ ਸ਼ਾਸਤਰ ਇਸ ਤਰ੍ਹਾਂ ਦਾ ਮਤ ਦਿੰਦਾ ਹੈ, ਮਤ ਰੱਖਦਾ ਹੈ, ਇਸ ਤਰ੍ਹਾਂ ਦਾ ਉਸਦਾ ਉਪਦੇਸ਼ ਹੈ। ਅਤੇ ਹੋਰ ਵੀ ਕਈ ਤਰ੍ਹਾਂ ਦੇ ਉਪਦੇਸ਼ ਇਸ ਦੇ ਸਾਂਖ ਸ਼ਾਸਤਰ ਦੇ ਨੇ, ਅਤੇ ਬਾਕੀ ਸਾਰੇ ਸ਼ਾਸਤਰਾਂ ਦੇ ਆਪਣੇ ਆਪਣੇ ਮਤ ਨੇ। ਕੁਝ ਸ਼ਾਸਤਰਾਂ ਦਾ ਜੋੜਾ ਵੀ ਬਣਾਇਆ ਜਾਂਦਾ ਹੈ, ਜਿਵੇਂ ਸਾਂਖ ਅਤੇ ਯੋਗ ਦਾ ਇਹ ਕੁਝ ਥੋੜ੍ਹੇ ਇਹ ਕੁਝ ਮੇਲ ਖਾਂਦੇ ਹਨ, ਇਹਨਾਂ ਦਾ ਸਾਂਖ ਅਤੇ ਯੋਗ ਨੂੰ ਵੀ ਕਹਿ ਦਿੰਦੇ ਹਨ, ਇਕੱਠਾ ਵੀ ਬੋਲਦੇ, ਨਿਆਏ ਅਤੇ ਵਿਸ਼ੇਸ਼ਕ ਨੂੰ ਵੀ ਇਕੱਠਾ ਕਰ ਲਿਆ ਜਾਂਦਾ ਹੈ, ਜੋੜਾ ਆਖਿਆ ਜਾਂਦਾ ਹੈ ਮੀਮਾਂਸਾ ਅਤੇ ਵਿਦਾਂਤ ਦਾ। ਲੇਕਿਨ ਮਤ ਸਾਰਿਆਂ ਦੇ ਵੱਖਰੇ ਵੱਖਰੇ ਹਨ ਕਿ 6 ਸ਼ਾਸਤਰ ਹਨ, 6 ਗੁਰੂ ਹਨ, ਅਤੇ 6ਾਂ ਦੇ ਆਪਣੇ ਆਪਣੇ ਉਪਦੇਸ਼ ਹਨ, ਆਪਣੇ ਆਪਣੇ ਮਤ ਹਨ। ਪਰ ਇਹਨਾਂ ਸਾਰੇ ਗੁਰੂਆਂ ਦਾ, ਜਿਤਨੇ ਰਚਨਾਕਾਰ ਹਨ, ਇਹਨਾਂ ਸਾਰਿਆਂ ਦਾ ਇੱਕ ਰਚਨਾਕਾਰ ਹੈ, ਇਹਨਾਂ ਸਾਰੇ ਗੁਰੂਆਂ ਦਾ ਇੱਕ ਗੁਰੂ ਹੈ, ਉਹ ਹੈ ਪਰਮਾਤਮਾ, ਉਹ ਇੱਕ ਹੀ ਹੈ। ਜਿਵੇਂ ਸੂਰਜ ਇੱਕ ਹੈ, ਅਤੇ ਕਈ ਤਰ੍ਹਾਂ ਦਾ ਸਮਾਂ ਪੈਦਾ ਹੁੰਦਾ ਹੈ, ਪੈਰ ਪੈਦਾ ਹੁੰਦੇ ਹਨ, ਘੜੀਆਂ ਘੰਟੇ ਮਿੰਟ ਸਕਿੰਟ ਪਲ ਵਿਸਵੇ ਚਸਿਆ ਅੱਖ ਦਾ ਸੋਰ, ਇੱਕ ਸੂਰਜ ਤੋਂ ਕਈ ਕੁਝ ਪੈਦਾ, ਕਈ ਤਰ੍ਹਾਂ ਦਾ ਸਮਾਂ ਅਸੀਂ ਕਹਿੰਦੇ ਹਾਂ ਉਸਨੂੰ, ਉਹਦੀ ਪਰਿਭਾਸ਼ਾ ਦਿੰਦੇ ਹਾਂ, ਵੱਖਰੇ ਵੱਖਰੇ ਇਕਾਈਆਂ ਸਮੇਂ ਦੀਆਂ ਕਰਦੇ ਹਾਂ। ਇਸੇ ਤਰ੍ਹਾਂ ਇਹ 6 ਸ਼ਾਸਤਰਾਂ ਦੇ ਜੋ ਗੁਰੂ ਹਨ, ਇਹਨਾਂ ਸਾਰਿਆਂ ਗੁਰੂਆਂ ਦਾ ਗੁਰੂ ਇੱਕ ਮੂਲ ਪਰਮਾਤਮਾ ਹੈ। ਜੈ ਕਰ ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ। ਅਤੇ ਜਿਹੜਾ ਉਹ ਮੂਲ ਪਰਮਾਤਮਾ ਹੈ, ਉਹ ਕਰਤਾ ਹੈ, ਕਰਤਾ ਪੁਰਖ ਹੈ, ਕ੍ਰੀਏਟਰ ਹੈ, ਉਸਨੇ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਉਸਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਚੱਲਦੀ ਹੈ, ਉਸਦਾ ਹੁਕਮ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ ਤਾਂ ਹੋਮੈ ਕਹੇ ਨਾ ਕੋਏ। ਸਾਰੀ ਸ੍ਰਿਸ਼ਟੀ ਉਸਦੇ ਹੁਕਮ ਵਿੱਚ ਹੈ, ਤੁਮ ਤੇ ਹੋਏ ਸੋ ਆਗਿਆਕਾਰੀ, ਤੇਰੀ ਆਗਿਆ ਵਿੱਚ ਹੈ, ਤੇਰੇ ਹੁਕਮ ਵਿੱਚ ਹੈ। ਜਿਸ ਤਰ੍ਹਾਂ ਭੈ ਦੇ ਵਿੱਚ ਆਸਾ ਦੀ ਵਾਰ ਵਿੱਚ ਆਉਂਦਾ ਹੈ ਕਿ ਭੈ ਵਿੱਚ ਸਾਰੀ ਸ੍ਰਿਸ਼ਟੀ ਹੈ, ਅੱਗ ਹਵਾ ਪਾਣੀ ਸਭ ਕੁਝ, ਸੂਰਜ ਚੰਨ ਸਾਰੇ ਉਸਦੇ ਹੁਕਮ ਵਿੱਚ ਹਨ, ਉਸਦੇ ਭੈ ਵਿੱਚ ਹਨ, ਉਸਦੇ ਸੂਤਰ ਵਿੱਚ ਬੰਨ੍ਹੇ ਹੋਏ ਹਨ। ਉਹ ਕਰਤਾ ਕ੍ਰੀਏਟਰ ਹੈ, ਉਸਦੇ ਹੁਕਮ ਵਿੱਚ ਜੋ ਦੁਨੀਆ ਸਾਰੀ ਸ੍ਰਿਸ਼ਟੀ ਹੈ, ਜੋ ਜਦੋਂ ਉਸ ਦੀ ਕੀਰਤੀ ਕੀਤੀ ਜਾਂਦੀ ਹੈ, ਉਸਦੇ ਗੁਣਗਾਨ ਕੀਤੇ ਜਾਂਦੇ ਹਨ, ਉਸਦਾ ਕੀਰਤਨ ਕੀਤਾ ਜਾਂਦਾ ਹੈ, ਉਸਦੇ ਗੁਣਾਂ ਦੀ ਵਿਆਖਿਆ ਕੀਤੀ ਜਾਂਦੀ ਹੈ, ਉਹਨਾਂ ਦੇ ਉਸਦੇ ਗੁਣਾਂ ਨੂੰ ਬਿਆਨ ਕੀਤਾ ਜਾਂਦਾ ਹੈ, ਔਰ ਜਿਸ ਘਰ ਵਿੱਚ ਕੀਤਾ ਜਾਂਦਾ ਹੈ,
कोई रिहायशी घर होवे, कोई गुरु घर होवे, जां हिरदा होवे, जिस हिरदे विच कीती जांदी है उस घर दी, उस हिरदे दी, उस स्थान दी जिथे कीर्ति हो रही है बाबे दी। बाबा सब तो वड्डा, बाबे तो भाव है वड्डा, वड्डियां तो वड्डा, क्योंकि सब तो वड्डा जो है वह परमात्मा आप ही है, उही सब तो वड्डा बाबा है। जिस घर विच उस बाबे दी, बाबा जय कर कीरत करते कीरत होए, बाबा जय कर करते कीरत होए, ऐ बाबा जिस घर विच तेरी वड्याई कीती जांदी है उस घर दी वड्याई तों ही जानदा है। उस घर दी इतनी वड्याई है जितनी वड्याई प्रभु दी है, बेअंत है। प्रभु दी वड्याई दा कोई अंत नहीं, वह बेअंत है, उसकी वड्याई भी बेअंत है। तो जिस स्थान पर उसकी कीर्ति की जाती है, जिस स्थान पर प्रभु के गुणगान किए जाते हैं, वह भी बेअंत है। उसकी कीर्ति बेअंत है, उसकी वड्याई बेअंत है, उसकी वड्याई तू आप ही जानता है। इंसान की तुच्छ बुद्धि उस स्थान की भी वड्याई कर नहीं सकता। सो कर राख वडाई तो रहाओ, ये रहाओ की तुक है। रहाओ तो भाव यह है ठहराओ, कि इत्थे विचार करो, समझो, क्योंकि इस शब्द की सार तत् है। इस विच शब्द का सारा जो उपदेश है उसकी सार तत् इत्थे शामिल की जाती है, इत्थे अंकित की जाती है रहाओ की तुक दे विच। बाबा जय कर करते कीरत होए, सो कर राख वडाई तोए, इस सार्थक है शब्द का, कि उस स्थान की उस हिरदे की वड्याई सतगुरु बाबा मूल परमात्मा जो हो आप ही जानते हैं, इंसान उसकी वड्याई नहीं कर सकता। विश्व चस्या करिया पैरा थित्ती वारी माँ होआ, सूरज को रुत नेक, एक सूरज दे कितने ही वेश बन जाते हैं, कड़ियां पैर विश्व चस्या कई कुछ बन जाता है। जिस तरह एक परमात्मा तो कई गुरु जो छे छिया दा इत्थे गल कीती गई है वो प्रगट होंदे हैं, शास्त्र प्रगट होंदे हैं, लेकिन ये सारे सिद्धांत ये परमात्मा दे ही रूप हैं। सूरज एक रुत अनेक, जिस तरह सूरज एक है तो अनेक रुतां हैं, थितियां भी, थितियां की गल की गई है, चन्न दियां थितियां, रुतां, एक कई रुतां बनदियां हैं, कई थितियां बनदियां हैं, लेकिन नानक करते के कहते वेस, सतगुरु जी कह रहे हैं कि ये जो करता पुरख है जिसने सृष्टि की साजना की है उसते ही वेश हैं, उस दे रूप हैं, ये कोई वक्रे नहीं। जो भी सृष्टि साजना हुई है, जो भी समय दे दियां इकाइयां बनिया हैं, सूरज भी ते होर सब कुछ, ये सब प्रभु दे वेश हैं, उस दे रूप हैं, उन्हां तो उस तो वक्रा कुछ भी नहीं है, क्योंकि घट घट दे विचों वस रहा हर इंसान दे अंदर, हर हिरदे दे अंदर, हर कण दे अंदर उसका वासा है, उसकी जीवन रो रुमक रही है। असी ता ही जींदे हाँ जे साडे अंदर उसकी रो रुमक रही है, ये जीवन रो वस रही है, सब जीवन दे विच उसका वासा है। ये सारे जीव जो हैं, सारे एक एक कण जो है सृष्टि का, ये प्रभु दे रूप है। सनातन मत दे विच पूजा अर्चना का एक रीत विधान है, आरती एक थाल विच दीवे रख के, फुल रख के, मोती रख के, धूप तुखा के, ओ थाल जो प्रभु दी मूर्ति दे चरणा कोल घुमाई जाती है, थाल नूं घुमाया जाता है चार बारी, दो वारी नाभी कोल घुमाया जाता है, एक वारी मूर्ति दे चेहरे ते घुमाया जाता है, ते फिर सत्त वारी सारी मूर्ति
ਦੇ ਆਕਾਰ 'ਤੇ ਘੁਮਾਇਆ ਜਾਂਦਾ ਹੈ। ਇਸ ਤਰ੍ਹਾਂ ਨਾਲ ਗਾਇਨ ਵੀ ਕੀਤਾ ਜਾਂਦਾ ਹੈ, ਆਰਤੀ ਦਾ ਗਾਇਨ ਹੁੰਦਾ ਹੈ, ਸੰਗੀਤ ਵੀ ਨਾਲ ਵੱਜਦਾ ਹੈ, ਇਸ ਤਰ੍ਹਾਂ ਆਰਤੀ ਕੀਤੀ ਜਾਂਦੀ ਹੈ। ਇਸ ਸੰਬੰਧ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਐਸੀ ਆਰਤੀ ਦੀ ਗੱਲ ਕੀਤੀ ਹੈ ਜੋ ਆਰਤੀ ਆਪਣੇ ਆਪ ਹੋ ਰਹੀ ਹੈ, ਕੁਦਰਤ ਕਰ ਰਹੀ ਹੈ। ਕੁਦਰਤ ਦੇ ਵਿੱਚ ਲਗਾਤਾਰ ਨਿਰੰਤਰ ਇੱਕ ਆਰਤੀ ਹੁੰਦੀ ਰਹਿੰਦੀ ਹੈ ਜੋ ਕਦੇ ਰੁਕਦੀ ਨਹੀਂ, ਉਸ ਵਿੱਚ ਕਦੇ ਕੋਈ ਬ੍ਰੇਕ ਨਹੀਂ ਪੈਂਦੀ। ਦਿਨ ਰਾਤ 24 ਘੰਟੇ, ਸਰਦੀ ਹੋਵੇ ਗਰਮੀ ਹੋਵੇ, ਜਦੋਂ ਦੀ ਸ੍ਰਿਸ਼ਟੀ ਬਣੀ ਹੈ ਉਦੋਂ ਦੀ ਉਹ ਆਰਤੀ ਹੋ ਰਹੀ ਹੈ, ਅਤੇ ਜਦ ਤੱਕ ਸ੍ਰਿਸ਼ਟੀ ਕਾਇਮ ਹੈ ਉਹ ਆਰਤੀ ਆਪਣੇ ਆਪ ਹੁੰਦੀ ਰਹੇਗੀ। ਉਹ ਕਿਸ ਤਰ੍ਹਾਂ ਆਰਤੀ ਹੋ ਰਹੀ ਹੈ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਨਾਸਰੀ ਰਾਗ ਦੇ ਵਿੱਚ ਜੋ ਸ਼ਬਦ ਉਚਾਰਨ ਕੀਤਾ ਹੈ ਉਹ ਇਸ ਤਰ੍ਹਾਂ ਹੈ। ਰਾਗ ਧਨਾਸਰੀ ਮਹਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰੀ ਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਜੰਤ ਪੇਰੀ ਰਹਾਓ, ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅੰਨ ਦਿਨੋ ਮੋਇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਗਗਨ ਮੈਂ ਥਾਲ, ਗਗਨ ਆਕਾਸ਼, ਮੈਂ ਸਾਰਾ ਸਾਰਾ ਆਕਾਸ਼, ਮੈਂ ਸੰਸਕ੍ਰਿਤ ਦਾ ਸ਼ਬਦ ਹੈ, ਮੈਂ ਤੇ ਯੈ, ਇਸਦਾ ਮਤਲਬ ਹੈ ਸਾਰਾ ਸਾਰਾ ਆਕਾਸ਼। ਗਗਨ ਮੈਂ ਥਾਲ, ਸਾਰਾ ਆਕਾਸ਼, ਸਾਰਾ ਅਸਮਾਨ ਇੱਕ ਥਾਲ ਹੈ। ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ, ਰਵ ਸੂਰਜ, ਚੰਦ ਚੰਦਰਮਾ, ਸੂਰਜ ਅਤੇ ਚੰਦ ਦੋਵੇਂ ਦੀਵੇ ਹਨ ਉਸ ਥਾਲ ਦੇ ਵਿੱਚ ਰੱਖੇ ਹੋਏ। ਤਾਰਿਕਾ ਮੰਡਲ ਜਨਕ ਮੋਤੀ, ਅਤੇ ਜਿਹੜੇ ਤਾਰੇ ਇਤਨੇ ਦਿਖਾਈ ਦਿੰਦੇ ਹਨ, ਤਾਰਿਆਂ ਦਾ ਇਤਨਾ ਸਾਰਾ ਸਮੂਹ ਹੈ, ਬਹੁਤ ਸਾਰੇ ਤਾਰੇ ਹਨ, ਇਹ ਇਹਨਾਂ ਨੂੰ ਸਮਝੋ ਕਿ ਇਹ ਮੋਤੀ ਹਨ। ਬਣੇ ਤਾਰਿਕਾ ਮੰਡਲ ਜਨਕ ਮੋਤੀ, ਜਨਕ ਮੈਂ ਨਾ ਮੰਨੋ, ਜਾਣ ਲਓ, ਜਨਕ ਮੈਂ ਨਾ ਜਾਣ ਲਓ, ਮੰਨ ਲਓ ਕਿ ਇਹਨਾਂ ਨੂੰ ਇਹ ਮੋਤੀ ਹਨ ਜੋ ਥਾਲ ਵਿੱਚ ਰੱਖੇ ਹੋਏ ਹਨ। ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਅਤੇ ਧੂਪ ਕਿਹੜੀ ਤੁਖਾਈ ਜਾ ਰਹੀ ਹੈ ਇਸ ਦੇ ਵਿੱਚ, ਧੂਪ ਕਿਹੜੀ ਹੈ ਜਿਹੜੀ ਸੁਗੰਧ ਦੇ ਰਹੀ ਹੈ, ਮਲਿਆਨ ਲੋ, ਮਲਿਆਨ ਲੋ ਸ਼ਬਦ ਦਾ ਜੇ ਸੰਧੀ ਛੇਦ ਕੀਤਾ ਜਾਏ ਤਾਂ ਇਹ ਬਣਦਾ ਹੈ, ਇਹ ਸ਼ਬਦ ਬਣਦਾ ਹੈ ਮਲਿਆ ਜਮਾਂ ਅਨ ਲੋ, ਭਾਵ ਮਲਿਆ ਇੱਕ ਪਹਾੜ ਹੈ ਜਿੱਥੇ ਚੰਦਨ ਦੇ ਦਰਖਤ ਹਨ, ਚੇਨਈ ਕੋਲੇ ਪਹਾੜ ਦੱਸਿਆ ਜਾਂਦਾ ਹੈ ਵਿਦਵਾਨਾਂ ਮੁਤਾਬਕ, ਕਿ ਉੱਥੇ ਇਸ ਪਹਾੜ 'ਤੇ ਚੰਦਨ ਦੇ ਦਰਖਤ ਹਨ, ਅਤੇ ਉਹਨਾਂ ਚੰਦਨ ਦੇ ਦਰਖਤਾਂ ਨੂੰ ਹਵਾ ਛੂਹ ਕੇ ਜੋ ਆਉਂਦੀ ਹੈ ਉਹ ਹਵਾ ਸੁਗੰਧੀ ਵਾਲੀ ਹੁੰਦੀ ਹੈ। ਉਸ ਮਲਿਆ ਅਣ ਲਓ, ਅਣ ਲਓ ਮੈਨਾਂ ਹਵਾ, ਮਲਿਆਣ ਲਓ, ਮਲਿਆ ਪਰਬਤ ਤੋਂ ਆਉਣ ਵਾਲੀ ਹਵਾ, ਧੂਪ ਹੈ ਮਲਿਆ ਪਰਬਤ ਤੋਂ ਆਉਣ ਵਾਲੀ ਹਵਾ ਜੋ ਸੁਗੰਧੀ ਦੇ ਰਹੀ ਹੈ। ਧੂਪ ਮਲਿਆਣ ਲਓ ਪਵਨ ਚਵਰੋ ਕਰੇ, ਅਤੇ ਜਿਹੜਾ ਚਵਰ ਖਸਰਿਆ ਜਾਂਦਾ ਹੈ, ਚਵਰ ਕੀਤਾ ਜਾਂਦਾ ਹੈ ਮੂਰਤੀ 'ਤੇ, ਉਸ ਚਵਰ ਦੀ ਥਾਂ 'ਤੇ ਹਵਾ ਚਵਰ ਕਰ ਰਹੀ ਹੈ, ਹਵਾ ਚੌਰ ਕਰ ਰਹੀ ਹੈ। ਧੂਪ ਮਲਿਆਣ ਲਓ ਪਵਨ ਚਵਰੋ ਕਰੇ,
सगल बन रहा है फुलंत ज्योति, सारी जो वनस्पत है इस सृष्टि दी, भावें हिंदुस्तान दी है ते भावें अमरीका दी है भावें आस्ट्रेलिया दी है, कितों कितों की वनस्पति किथे किथे जिन्ने कॉन्टीनेंट हैं दुनिया दे जिथे भी वनस्पति है वो सारी दी सारी वनस्पति फुल हैं, फुल दे रही है वो आरती दे फुल हैं। कैसी आरती होए पाव खंडना तेरी आरती, ऐ पाव खंडना, पाव खंडना तो पाव पाव में ना पैदा होना जन्म, पाव में ना जन्म धारना, खंडना खंड कर तोड़ना उसनू खत्म करना नाश करना, पाव खंडना जन्म मरण का नाश करना। जो इंसान इस धरती पे आया है एक कई जोनिया इस भोग के आया, जो भोग जोनिया भोग के आया तो हुण कर्म जोनी दे विच आया, ये जो बार बार इस जमदा है मरदा है एक जूनी तो दूजी जूनी विच जांदा है, ये जन्म मरण है, ये एक बड़ा दुख है जो सतगुरु कोल जाके कटींदा है, एक बड़ा दुख है इंसान नू, यही एक दुख है, बाकी दुख तो आने जाने हैं तो पछां दे वांगू, जो वड्डा दुख है ये जन्म मरण का है। ए प्रभु तू ये वड्डा दुख कट्टन वाला है, पाप खंडना है। कैसी आरती होए पाप खंडना, ए जन्म मरण का दुख कट्टन वाले ए प्रभु ए मेरे मालका तेरी कैसी आरती हो रही है, एक अद्भुत आरती हो रही है जिस विच इंसान दे हत्थां दी पैरां दी लोड़ नहीं, कोई दूजा थाल लैण दी लोड़ नहीं, आसमान थाल बन गया है, पर कृति कुदरत तेरी आरती कर रही है। कैसी आरती, कैसी अद्भुत आरती तेरी हो रही है, ऐ जन्म मरण दे दुख नूं कट्टण वाले ऐ मालका। अनहता शब्द वाजंत पेरी, ते इस विच जिहड़ा संगीत वज रहा है, क्योंकि आरती दे नाल संगीत भी वजदा है, ये कड़ा संगीत वज रहा है, संगीत वजदा है कोई चोट मारदे हां जदों असी किसे नगारे ते चोट वजदी है तां उस दे विचों आवाज निकलदी है, हारमोनीयम दीआं सुरां नूं दबाया जांदा है तां उस विचों आवाज निकलदी है, जां तबले ते चोट मारी जांदी है तां उस विचों आवाज निकलदी है, जां बंसरी दे विच फूक मारी जांदी है उंगलियां नाल, जो मोरियां तां उंगलियां रखियां जांदियां हन चुकियां जांदियां हन फिर सुरीली आवाज कढ़ी जांदी है, पर एक ऐसी आवाज जो बिना चोट दे निकलदी है, कोई चोट नहीं मारनी पैंदी, अपने आप कुदरती एक आवाज है, एक शब्द है जो वजदा है, वो किहड़ा है, वो है जीवन रोग, परमात्मा दी जो जीवन रोह साडे अंदर वसदी है, जो हर वक्त जिस दे करके साडा जीवन है, एक जीवन रोह वसदी है, अनहत शब्द है वो बिना चोट दे वजदा है, अपने आप वजदा है, उसनू बजाण दी लोड़ नहीं पैंदी, उस कुदरती आरती दे विच ਇਹ ਜਿਹੜਾ ਨਗਾਰਾ ਹੈ ਇਹ ਆਪਣੇ ਆਪ ਵੱਜਦਾ ਰਹਿੰਦਾ ਹੈ ਨਿਰੰਤਰ ਲਗਾਤਾਰ, ਕਦੇ ਕਿਸੇ ਕਦੇ ਰੁਕਦਾ ਨਹੀਂ। ਅਨਹਤਾ ਸ਼ਬਦ ਵਾਜੰਤ ਪਹਿਰੀ, ਜੋ ਅਨਹਤ ਸ਼ਬਦ ਹੈ ਉਹ ਇਸ ਆਰਤੀ ਦਾ ਸੰਗੀਤ ਹੈ। ਰਹਾਓ, ਇਹ ਵੀ ਰਹਾਓ ਦੀ ਤੁੱਕ ਸੀ, ਠਹਿਰਾਓ, ਇੱਥੇ ਵਿਚਾਰ ਕਰਨ ਦੀ ਲੋੜ ਹੈ ਕਿ ਭਾਈ ਰਹਾਓ ਦੇ ਵਿੱਚ ਕੀ ਆਖਿਆ ਹੈ। कैसी आरती होए पाव खंडना तेरी आरती, अनहता शब्द वाजंत फेरी।
आरती लगातार है प्रभु, अद्भुत आरती तेरी लगातार हो रही है, अनाहत शब्द बिना चोट दे अपने आप बज रहा है। लोड़ है तो केवल इसनु महसूस करन दी, इसनु समझन दी, ते समझ आएगी जे गुरु दे चरणा विच जावांगे, गुरु दी शरण लावांगे, गुरु सानू शब्द रड़ा के ए महसूस कराएगा अनहत शब्द। जदों इस दी समझ आएगी, अनहत शब्द दी समझ आएगी, ते ए कुदरती जो आरती हो रही है उसकी समझ आएगी, तो यह साडा मनोरथ, मनुखा मनोरथ, गुरु कोल आण दा मनोरथ वो सिद्ध होंदा है। इत्थे सार इस शब्द की सार है। सहज तव नैन नन नैन है तोहे को, इत्थे ये भी वर्णन कर देना चाहिदा है कि इस गुरु नानक देव जी ने जो आरती दे बारे च व्याख्या कीती है, जो कुदरत वालों व्याख्या आरती हो रही है उस दे बारे विच जानकारी दिती है, इस संबंध विच कई विद्वानों ने भी कुछ लिखिया है। एक अंग्रेजी का कवि है, उसने भी कुछ इस तरह का लिखिया, उन्हें लिखिया, टॉक नॉट ऑफ टेंपल्स, देयर इज वन बिल्ट विदाउट हैंड्स टू मैनकाइंड गिवन, इट्स वॉल्स आर द सैरुलियन स्काई, इट्स फ्लोर द अर्थ सो ग्रीन एंड फेयर, डोम इज वास्ट इमेंसिटी, ऑल नेचर वर्शिप्स देयर। गुरु नानक साहब दे इस शब्द तो प्रभावित होकर भी लिखा हो सकता है, उन्होंने भी यही विचार प्रगट किया कि एक ऐसा मंदिर है। इस तो पंजाबी विच दसिया जाए इसका सार इस कविता का, एक ऐसा मंदिर है जड़ा बनाया मनुखी हत्था ने नहीं बनाया, कुदरत वालों ही बनाया है, मनुख ने नहीं बनाया। टॉक नॉट ऑफ टेंपल्स, देयर इज वन बिल्ट विदाउट हैंड्स टू मैनकाइंड गिवन, के मनुखता ने वो नहीं बनाया, एक ऐसा मंदिर है। इट्स वॉल्स आर दी सैरुलियन स्काई, इहदियां कंधां जड़ियां सारा आसमान जड़ा दिखाई देंदा है, जे चारे पासे घूम के देखिए एक गुंबद, एक कंधा मान लो, एक कंधा आसमान सारा इसदियां कंधा हैं, ते सारा फर्श जो है जड़ा हरा फर्श है, ये जिन्नी थले दिखाई दे रहा है, हरियाली दिखाई दे रही है, बनस्पति दिखाई, धरती दिखाई दे, इहदा फर्श है, सो ग्रीन एंड फेयर। ते इत्थे सारी कुदरत जो है वो आरती कर रही है, पूजा कर रही है।